ਇੱਕ ਭਿਆਨਕ ਸੜਕੀ ਹਾਦਸੇ ਦੇ ਵਿੱਚ ਆਰਟੀਓ ਦੇ ਡਰਾਈਵਰ ਅਤੇ ਪੰਜਾਬ ਹੋਮਗਾਰਡ ਦੇ ਮੁਲਾਜ਼ਮ ਦੀ ਦਰਦਨਾਕ ਮੌਤ ਹੋ ਗਈ। ਦੱਸਦੀ ਹੈ ਕਿ ਜਗਾੜੂ ਰੇਹੜੀ ਨੂੰ ਬਚਾਉਣ ਦੇ ਚੱਕਰ 'ਚ ਮੁਲਾਜ਼ਮਾਂ ਦੀ ਕਾਰ ਸਫੈਦੇ ਦੇ ਨਾਲ ਜਾ ਟਕਰਾਈ ਔਰ ਜਿਸ ਮੌਕੇ ਦੋ ਮੁਲਾਜ਼ਮਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਦੱਸਦੀ ਹੈ ਕਿ ਟ੍ਰੈਫਿਕ ਪੁਲਿਸ ਦੇ ਵਿੱਚ ਪੰਜਾਬ ਹੋਮਗਾਰਡ ਦਾ ਮੁਲਾਜ਼ਮ ਤੈਨਾਤ ਸੀ, ਵਾਹਨਾਂ ਦੀ ਚੈਕਿੰਗ ਦੇ ਲਈ ਆਰਟੀਓ ਦੀ ਟੀਮ ਦੇ ਨਾਲ ਜਾ ਰਿਹਾ ਸੀ ਤਾਂ ਜਗਾੜੂ ਰੇਹੜੀ ਅੱਗੇ ਆ ਗਈ, ਜਿਸ ਨੂੰ ਬਚਾਉਣ ਦੇ ਚੱਕਰ ਦੇ ਵਿੱਚ ਮੁਲਾਜ਼ਮਾਂ ਦੀ ਕਾਰ ਸਫੈਦੇ ਦੇ ਵਿੱਚ ਵੱਜੀ ਔਰ ਦੋ ਮੁਲਾਜ਼ਮਾਂ ਦੀ ਮੌਕੇ 'ਤੇ ਮੌਤ ਹੋ ਗਈ। ਦੱਸਿਆ ਜਾ ਰਿਹਾ ਕਿ ਫਾਜ਼ਿਲਕਾ ਦੇ ਆਰਟੀਓ ਆਫਿਸ ਦਾ ਕਰਮਚਾਰੀ ਫਾਜ਼ਿਲਕਾ ਦੇ ADC ਰਵਿੰਦਰ ਅਰੋੜਾ, ਜੋ ਕਿ ਆਰਟੀਓ ਦਾ ਕੰਮਕਾਜ ਸਾਂਭਦੇ ਨੇ, ਉਹਨਾਂ ਦੇ ਨਾਲ ਵਾਹਨਾਂ ਦੀ ਚੈਕਿੰਗ ਲਈ ਹਾਈਵੇ 'ਤੇ ਨਿਕਲੇ ਸੀ। ਇਸੇ ਦੌਰਾਨ ਇੱਕ ਟ੍ਰੈਫਿਕ ਪੁਲਿਸ ਦੇ ਵਿੱਚ ਤੈਨਾਤ ਪੰਜਾਬ ਹੋਮਗਾਰਡ ਦਾ ਜਵਾਨ ਦੇਸਰਾਜ ਵੀ ਡਿਊਟੀ ਲਈ ਨਾਲ ਲਿਆ ਗਿਆ। ਜਦੋਂ ਆਰਟੀਓ ਦੀ ਟੀਮ ਫਾਜ਼ਿਲਕਾ ਫਿਰੋਜ਼ਪੁਰ ਰੋਡ 'ਤੇ ਸਥਿਤ ਮੰਡੀ ਲਾਧੂਕਾ ਦੇ ਕੋਲ ਚੈਕਿੰਗ ਕਰਕੇ ਵਾਪਸ ਆ ਰਹੀ ਸੀ ਤਾਂ ਸਾਹਮਣੇ ਤੋਂ ਹਾਈਵੇ 'ਤੇ ਇੱਕ ਜਗਾੜੂ ਵਾਹਨ ਮੋਟਰਸਾਈਕਲ ਰੇਹੜੀ ਮੁਲਾਜ਼ਮਾਂ ਦੇ ਸਾਹਮਣੇ ਆ ਗਈ, ਜਿਸ ਨੂੰ ਬਚਾਉਣ ਦੇ ਚੱਕਰ 'ਚ ਕਾਰ ਸਫੈਦੇ ਨਾਲ ਜਾ ਟਕਰਾਈ। ਜ਼ਖਮੀਆਂ ਨੂੰ ਫਾਜ਼ਿਲਕਾ ਦੇ ਸਰਕਾਰੀ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ, ਜਿੱਥੇ ਆਰਟੀਓ ਦੇ ਡਰਾਈਵਰ ਅਤੇ ਪੰਜਾਬ ਹੋਮਗਾਰਡ ਦੇ ਮੁਲਾਜ਼ਮ ਦੀ ਮੌਤ ਹੋ ਗਈ। ਫਿਲਹਾਲ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਮੌਕੇ 'ਤੇ ਪ੍ਰਸ਼ਾਸਨਿਕ ਅਧਿਕਾਰੀ ਅਤੇ ਹਲਕੇ ਦੇ MLA ਪਹੁੰਚੇ ਹੋਏ ਨੇ। ਪੀੜਤ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਜਾ ਰਿਹਾ। ਦੱਸਦੀ ਹੈ ਕਿ ਇਸ ਭਿਆਨਕ ਸੜਕੀ ਹਾਦਸੇ ਦੇ ਵਿੱਚ ਆਰਟੀਓ ਦੇ ਡਰਾਈਵਰ ਅਤੇ ਪੰਜਾਬ ਹੋਮਗਾਰਡ ਦੇ ਮੁਲਾਜ਼ਮ ਦੀ ਮੌਤ ਹੋਈ, ਜਦਕਿ ਦੋ ਹੋਰ ਕਰਮਚਾਰੀ ਜ਼ਖਮੀ ਹੋਏ ਨੇ ਜੋ ਜ਼ੇਰੇ ਇਲਾਜ ਨੇ। ਲਾਧੂਕਾ ਬੱਸ ਸਟੈਂਡ ਤੋਂ ਅੱਗੇ ਕਰਕੇ ਜਿਮੀਦਾਰਾ ਢਾਬਾ ਦੇ ਕੋਲ ਜਿਹੜਾ ਇੰਸੀਡੈਂਟ ਹੋਇਆ, ਜਿਹਦੇ 'ਚ ਕਿ ਚਾਰ ਵਿਅਕਤੀ ਜਿਹੜੇ ਆ, ਜਿਨ੍ਹਾਂ 'ਚੋਂ ਦੋ ਦੀ ਡੈਥ ਹੋ ਗਈ ਔਰ ਦੋ ਜਿਹੜੇ ਜ਼ਖਮੀ ਹੋਏ ਆ, ਔਰ ਬਹੁਤ ਜਿਹੜੀ ਮਨਭਾਗੀ ਜਿਹੜੀ ਘਟਨਾ ਵਾਪਰੀ ਹੈ, ਇਹਦਾ ਪੂਰੇ ਇਲਾਕੇ 'ਚ ਪੂਰਾ ਦੁੱਖ ਹੈ। ਇਹ ਜਿਹੜੇ ਮੁਲਾਜ਼ਮ ਹੈ, ਇਹਨਾਂ ਦੇ ਵਿੱਚੋਂ ਤਿੰਨ ਤਾਂ ਮੁਲਾਜ਼ਮ ਹੈ, ਇੱਕ ਹੋਮਗਾਰਡ 'ਚ ਦੇਸ ਰਾਜ ਜੋ ਸਿੰਜਰਾਣੇ 'ਚੋਂ ਆ ਮੁਲਾਜ਼ਮ ਹੈ, ਔਰ ਦੋ ਜਿਹੜੇ ਆ ਉਹ ਆਰਟੀਓ ਦਫ਼ਤਰ ਦੇ ਮੁਲਾਜ਼ਮ ਸੀਗੇ। ਕੋਈ ਉਹਨਾਂ ਦੇ ਆਰਟੀਓ ਸਾਹਿਬ ਦੇ ਨਾਲ ਹੀ ਕਿਤੇ ਜਾ ਰਿਹਾ ਸੀ, ਉਹਨਾਂ ਦੀ ਗੱਡੀ ਦੇ ਪਿੱਛੇ ਹੀ ਗੱਡੀ ਸੀ ਇਹਨਾਂ ਦੀ, ਔਰ ਅੱਗੋਂ ਯਕਦਮ ਕੋਈ ਜਿਹੜੀ ਆ ਜਗਾੜੂ ਰੇਹੜੀ ਹੈ ਉਹਦੇ ਨਾਲ ਟਕਰਾਉਣ ਕਰਕੇ ਇਹਨਾਂ ਨੇ ਜਿਹੜੀ ਹੈ ਦਰਖਤ ਦੇ ਵਿੱਚ ਗੱਡੀ ਟਕਰਾਈ। ਉਹਨਾਂ ਨੂੰ ਬਚਾਉਣ ਦੇ ਵਿੱਚ ਦੋ ਜਣਿਆਂ ਦੀ ਟੋਟਲ ਮੌਤ ਹੋਈ ਹੈ, ਉਹਦੇ 'ਚੋਂ ਇੱਕ ਹੋਮਗਾਰਡ ਦਾ ਮੁਲਾਜ਼ਮ ਹੈ ਦੇਸ ਰਾਜ ਸੰਜਰਾਣੇ ਪਿੰਡ ਤੋਂ, ਔਰ ਇੱਕ ਰਮੇਸ਼ ਕੁਮਾਰ ਜਿਹੜਾ ਆਰਟੀਓ ਦਫ਼ਤਰ ਦਾ ਮੁਲਾਜ਼ਮ ਹੈ ਪਿੰਡ ਸੁੱਲੇ ਗੰਗ 'ਚ, ਉਹਨਾਂ ਦੀ ਮੌਤ ਹੋ ਗਈ। ਉਹ ਆਰਟੀਓ ਸਾਹਿਬ ਦਾ ਜਿਹੜਾ ਅੱਛਾ, ਔਰ ਦੋ ਜਿਹੜੇ ਇੰਜਰਡ ਹੋਏ ਆ ਉਹਦੇ 'ਚ ਸੱਟਾਂ ਲੱਗੀਆਂ ਗੰਭੀਰ ਉਹਨਾਂ ਨੂੰ, ਜਿਹਦੇ 'ਚ ਇੱਕ ਆਬਾਦੀ 'ਚੋਂ ਸੰਦੀਪ ਕੁਮਾਰ ਹੈ ਮੁੰਡਾ, ਔਰ ਗਗਨਦੀਪ ਪੁਰਾਣੇ ਪਿੰਡ ਤੋਂ ਮੁੰਡਾ ਆਰਟੀਓ ਦਫ਼ਤਰ ਦਾ, ਉਹ ਵੀ ਮੁਲਾਜ਼ਮ ਹੈ। ਉਹ ਠੀਕ ਨੇ? ਹਾਂ, ਉਹਨਾਂ ਦਾ ਜਿਹੜਾ ਆਪਰੇਸ਼ਨ ਹੋ ਗਿਆ, ਹੁਣ ਜਿਹੜੀ ਹਾਲਤ ਉਹਨਾਂ ਦੀ ਸਥਿਰ ਹੈ। ਠੀਕ ਹੈ। ਬੜੀ ਦੁੱਖਦਾਈ ਜਿਹੜੀ ਘਟਨਾ ਹੈ, ਔਰ ਮੈਂ ਵੀ ਮੌਕੇ 'ਤੇ ਜਦੋਂ ਮੈਨੂੰ ਪਤਾ ਲੱਗਿਆ ਹੋਸਪਿਟਲ ਆ ਕੇ ਜਿਹੜਾ ਇਹਨਾਂ ਦਾ ਹਾਲ ਚਾਲ ਜਾ ਰਿਹਾ, ਜਿਹੜੇ ਘਾਇਲ ਹੋਏ ਔਰ ਜਿਹੜਾ ਜਿਹਨਾਂ ਦੀ ਡੈਥ ਹੋ ਗਈ, ਉਹਨਾਂ ਦੇ ਪਰਿਵਾਰਾਂ ਦੇ ਨਾਲ ਦੁੱਖ ਸਾਂਝਾ ਕੀਤਾ ਹੈ। ਮੇਰੀ ਅਪੀਲ ਹੈ ਸਾਰੇ ਲੋਕਾਂ ਨੂੰ ਕਿ ਸਰਕਾਰ ਵੱਲੋਂ ਰੈੱਡ ਅਲਰਟ ਘੋਸ਼ਿਤ ਕੀਤਾ ਹੈ, ਜਿਸ ਤਰ੍ਹਾਂ ਇੰਨੀ ਜ਼ਿਆਦਾ ਠੰਡ ਪੈ ਰਹੀ ਹੈ, ਔਰ ਤੁਹਾਡੇ ਚੈਨਲ ਦੇ ਰਾਹੀਂ ਵੀ ਜਿਹੜਾ ਲੋਕਾਂ ਨੂੰ ਜਿਹੜਾ ਅਪੀਲ ਕੀਤੀ ਜਾ ਰਹੀ ਹੈ ਕਿ ਕੋਈ ਵੀ ਜਿਹੜਾ ਘਰਾਂ ਤੋਂ ਬਾਹਰ ਨਾ ਨਿਕਲਿਆ ਜਾਵੇ, ਜੇ ਕੋਈ ਜ਼ਰੂਰੀ ਕੰਮ ਹੈ ਤਾਂ ਹੀ ਜਾਇਆ ਜਾਵੇ, ਕਿਉਂਕਿ ਬਹੁਤ ਜ਼ਿਆਦਾ ਧੁੰਦ ਔਰ ਠੰਡ ਜਿਹੜੀ ਹੈ ਪੈ ਰਹੀ ਹੈ। ਕੁਝ ਦਿਨ ਮੈਂ ਤਾਂ ਅਪੀਲ ਕਰਾਂਗਾ
ਬਾਹਰ ਨਿਕਲਣ ਦੀ ਜਿਹੜੀ ਹੈ, ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਜਿਵੇਂ ਸਰਕਾਰ ਨੇ ਰੈੱਡ ਅਲਰਟ ਜਾਰੀ ਕੀਤਾ, ਤੁਹਾਨੂੰ ਦੇ ਦੌਰਾਨ ਕੋਈ ਵੀ ਜ਼ਰੂਰੀ ਕੰਮ ਤੋਂ ਬਿਨਾਂ ਘਰਾਂ ਤੋਂ ਬਾਹਰ ਨਾ ਜਾਣਾ। ਜਿਵੇਂ ਆਰ ਟੀ ਏ ਦਫ਼ਤਰ ਵੱਲੋਂ ਜਾਂ ਆਰ ਟੀ ਏ ਸਾਹਿਬ ਆਪ ਜਿਹੜੇ ਵੱਖ ਵੱਖ ਸਮਿਆਂ 'ਤੇ ਚੈਕਿੰਗ ਕਰਦੇ ਰਹਿੰਦੇ ਨੇ, ਜਿਵੇਂ ਓਵਰਲੋਡ ਜਿਵੇਂ ਟਰਾਲੇ ਚੱਲਦੇ ਆ ਜਾਂ ਰੇਤੇ ਦੇ ਓਵਰਲੋਡ ਟਰਾਲੇ ਚੱਲਦੇ ਆ ਜਾਂ ਕੋਈ ਹੋਰ, ਉਹ ਜਿਹੜਾ ਡਿਊਟੀ ਦੌਰਾਨ ਅੱਜ ਜਿਹੜਾ ਡਿਊਟੀ ਕਰਕੇ ਉਸ ਤੋਂ ਬਾਅਦ ਜਦੋਂ ਵਾਪਸ ਜਾਣ ਲੱਗੇ ਤਾਂ ਰਸਤੇ ਦੇ ਵਿੱਚ ਇਹ ਹਾਦਸਾ ਹੋਇਆ। ਇੱਕ ਪਿੰਡ ਨਾਲ ਦੱਸਿਆ ਜਾ ਰਿਹਾ ਸੀ ਜਰਾਣਾ ਪਿੰਡ ਹੈ ਜੀ, ਔਰ ਇੱਕ ਜਿਹੜੇ ਨੇ ਜਲਾਲਾਬਾਦ ਸ਼ਹਿਰ ਦੇ ਰਹਿਣ ਵਾਲੇ ਨੇ। ਬਤੌਰ SSP ਫਾਜ਼ਿਲਕਾ ਸਾਰੇ ਲੋਕਾਂ ਨੂੰ ਔਰ ਆਪਣੇ ਪੁਲਿਸ ਮੁਲਾਜ਼ਮਾਂ ਨੂੰ ਸਾਰਿਆਂ ਨੂੰ ਜਿਹੜਾ ਹੈਗਾ ਇੱਕ ਪੁਰਜ਼ੋਰ ਬੇਨਤੀ ਕਰਨ ਲਈ ਅੱਜ ਇੱਕ ਮੈਸੇਜ ਪਾ ਰਿਹਾ ਕਿ ਮੌਸਮ ਦੇ ਹਾਲਾਤਾਂ ਨੂੰ ਦੇਖਦੇ ਹੋਏ ਧੁੰਦ ਦੇ ਜਿਹੜਾ ਹੈਗਾ ਪ੍ਰਕੋਪ ਜਿਹੜਾ ਹੈਗਾ ਸਾਰੇ ਸਟੇਟ 'ਚ ਸਾਰੇ ਨੌਰਥ ਇੰਡੀਆ 'ਚ ਜਿਹੜਾ ਬਹੁਤ ਜ਼ਿਆਦਾ ਇਹਦਾ ਹੈਗਾ ਮਾੜਾ ਅਸਰ ਪੈ ਰਿਹਾ, ਔਰ ਸਭ ਤੋਂ ਵੱਧ ਜਿਹੜਾ ਹੈਗਾ ਨੁਕਸਾਨ ਜਿਹੜਾ ਹੈਗਾ ਜਿਹੜਾ ਸੜਕੀ ਸਫ਼ਰ ਹੈਗਾ ਉਹਦੇ ਵਿੱਚ ਜਿਹੜਾ ਹੈਗਾ ਲੋਕਾਂ ਨੂੰ ਝੱਲਣਾ ਪੈ ਰਿਹਾ, ਜਿਹਦੇ ਵਿੱਚ ਕਾਫ਼ੀ ਐਕਸੀਡੈਂਟ ਹੋ ਰਹੇ ਨੇ ਵਾਰ ਵਾਰ। ਸਾਡੇ ਮੁਲਾਜ਼ਮ ਵੀ ਜਿਹੜੇ ਹੈਗੇ ਆ, ਅੱਜ ਵੀ ਐਕਸੀਡੈਂਟ ਹੋਇਆ ਹੈਗਾ ਹਾਈਵੇ ਦੇ ਉੱਪਰ, ਔਰ ਸਾਡੇ ਇੱਥੇ ਅੱਜ ਇੱਕ ਹੋਮਗਾਰਡ ਦਾ ਜਵਾਨ ਵੀ ਜਿਹੜਾ ਹੈਗਾ ਐਕਸੀਡੈਂਟ 'ਚ ਉਹਦੀ ਜਾਨ ਜਿਹੜੀ ਚਲੀ ਗਈ, ਉਹਦੇ ਨਾਲ ਇੱਕ ਪ੍ਰਾਈਵੇਟ ਮੁਲਾਜ਼ਮ ਸੀਗਾ ਆਰ ਟੀ ਓ ਆਫਿਸ ਦਾ। ਸੋ ਇਸ ਕਰ ਲਈ ਮੈਂ ਇਹ ਤੁਹਾਨੂੰ ਸਾਰਿਆਂ ਨੂੰ ਪੁਰਜ਼ੋਰ ਇਸ ਗੱਲ ਦੀ ਸਿਫਾਰਿਸ਼ ਕਰਦਾ ਕਿ ਜਿਹੜੇ ਆਮ ਲੋਕ ਆ ਜੇ ਉਹਨਾਂ ਨੂੰ ਬਿਨਾਂ ਕੰਮ ਤੋਂ ਧੁੰਦ ਦੇ ਵਿੱਚ ਸਫ਼ਰ ਨਾ ਕਰਨ, ਅਗਰ ਕਰਨਾ ਆ ਤਾਂ ਬਿਲਕੁਲ ਇਹਦਾ ਖਿਆਲ ਰੱਖ ਕੇ ਕੌਸ਼ਨ ਲੈ ਕੇ ਇਹਨੂੰ ਸਫ਼ਰ ਨੂੰ ਕੀਤਾ ਜਾਵੇ। ਕੋਈ ਵੀ ਵਹੀਕਲ ਤੇਜ਼ ਨਾ ਚਲਾਵੇ। ਜਿਹੜੇ ਸਾਡੇ ਮੁਲਾਜ਼ਮ ਵੀ ਹੈਗੇ ਆ ਉਹ ਵੀ ਅਗਰ ਕਿਤੇ ਡਿਊਟੀ 'ਤੇ ਜਾ ਰਹੇ ਆ, ਅਗਰ ਕਿਤੇ ਉਹਨਾਂ ਨੇ ਪਹੁੰਚਣਾ ਆ, ਕੋਈ ਟਾਈਮ 'ਚ ਫਰਕ ਵੀ ਆ ਗਿਆ, ਜ਼ਿੰਦਗੀ ਨਾਲੋਂ ਵੱਧ ਕੋਈ ਚੀਜ਼ ਪਿਆਰੀ ਨਹੀਂ ਹੈ। ਸੋ ਇਸ ਕਰ ਲਈ ਅਗਰ ਕੋਈ 5-10 ਮਿੰਟ ਲੇਟ ਵੀ ਹੁੰਦਾ ਉਹ ਵੀ ਇਸ ਗੱਲ ਦਾ ਕੋਈ ਪ੍ਰੋਬਲਮ ਨਹੀਂ ਆਊਗੀ ਕਿਸੇ ਮੁਲਾਜ਼ਮ ਨੂੰ, ਤਾਂ ਉਹਨੂੰ ਆਪਣਾ ਸੇਫ ਡਰਾਈਵ ਕਰਨ।